ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਦੇ ਮਾਨਸਾ ਤੋਂ ਜੋ ਉਮੀਦਵਾਰ ਸਨ ਤੇ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ। ਸੋ ਮੂਸੇਵਾਲਾ ਸਾਹਿਬ, ਅੱਜ ਤੁਸੀਂ ਇੱਥੇ ਪਹੁੰਚੇ ਹੋ ਰਾਜਾ ਵੜਿੰਗਖਾਨਾ ਨੂੰ ਪ੍ਰਧਾਨਗੀ ਹੁਣ ਤੁਹਾਡੀ ਜਿਸ ਪਾਰਟੀ ਦੇ ਤੁਸੀਂ ਵੀ ਹੁਣ ਇੱਕ ਨੁਮਾਇੰਦੇ ਹੋ ਤੇ ਰਾਜਾ ਵੜਿੰਗਖਾਨਾ ਨੇ ਉਹ ਪਾਰਟੀ ਦੀ ਹੁਣ ਪ੍ਰਧਾਨਗੀ ਸਾਂਭਲੀ, ਕਿੱਦਾਂ ਦੇਖਦੇ ਹੋ? ਇਹ ਬਹੁਤ ਬਹੁਤ ਰਾਜੇ ਭਰਾ ਨਾਲ ਤਾਂ ਸਾਡਾ ਉਦੋਂ ਵੀ ਪਿਆਰ ਆ, ਸਾਡਾ ਮਿੱਤਰ ਵੀ ਹੈ, ਭਰਾ ਵੀ ਹੈ ਵੱਡਾ, ਤੇ ਸਾਨੂੰ ਤਾਂ ਵਧੀਆ ਲੱਗਿਆ ਯਾਰ, ਤੇ ਵਧੀਆ ਨੌਜਵਾਨਾਂ ਦੇ ਹੱਥਾਂ ਕਮਾਂਡ ਆਈ ਆ ਤੇ ਬੈਸਟ ਵਿਸ਼ਸ ਨੇ ਉਹਨਾਂ ਨੂੰ, ਤੇ ਇੱਕ ਚੰਗੀ ਵਿਰੋਧੀ ਧਿਰ ਬਣ ਕੇ ਪੰਜਾਬ ਦੇ ਯਾਨੀ ਕਿ ਹੱਕਾਂ ਦੀ ਆਵਾਜ਼ ਉਠਾਉਣ, ਬੈਸਟ ਵਿਸ਼ਸ ਨੇ ਉਹਨਾਂ ਨੂੰ। ਲਗਾਤਾਰ ਤੁਹਾਨੂੰ ਜਦੋਂ ਇਲੈਕਸ਼ਨ ਸੀਗੇ, ਜਦੋਂ ਚੋਣਾਂ ਸੀਗੀਆਂ, ਰਾਜਾ ਵੜਿੰਗਖਾਨੀ ਤੁਹਾਡੇ ਸਪੋਰਟ 'ਚ ਨਜ਼ਰ ਆਏ ਸੀਗੇ, ਰਾਜਾ ਕਿਹਾ ਵੀ ਜਾ ਰਿਹਾ ਸੀ ਕਿ ਰਾਜਾ ਵੜਿੰਗਖਾਨੀ ਹੀ ਤੁਹਾਨੂੰ ਕਾਂਗਰਸ ਪਾਰਟੀ 'ਚ ਲੈ ਕੇ ਆਏ ਸੀ, ਤੁਹਾਡੇ ਨਾਲ ਪੂਰੀ ਕਾਂਗਰਸ ਪਾਰਟੀ ਜਾਣੂ ਕਰਾਈ, ਚੋਣਾਂ ਲੜਨ ਦੀ ਵੀ ਜਿਹੜੀ ਹੈ ਪੂਰੀ ਕਿਤੇ ਨਾ ਕਿਤੇ ਸੀਖ ਜ਼ਰੂਰ ਦਿੱਤੀ ਸੀ, ਹੁਣ ਉਹ ਸੀਖਾਂ ਤੁਹਾਨੂੰ ਲੱਗਦਾ ਕਿਸ ਤਰੀਕੇ ਦੇ ਨਾਲ ਅੱਗੇ ਤੁਹਾਡੇ ਕੰਮ ਆ ਰਹੀਆਂ? ਨਹੀਂ, ਉਹ ਪਤਾ ਕੀ ਗੱਲ, ਚੋਣਾਂ ਤੋਂ ਲੈਦਾ ਵੀ ਸਾਡੀ ਵਧੀਆ ਮਿੱਤਰਤਾ, ਅਸੀਂ ਚੰਗੇ ਦੋਸਤ ਹਾਂ, ਵਧੀਆ ਭਰਾ ਹੈ ਸਾਡਾ, ਅਤੇ ਸਸਤਾ ਯਾਨੀ ਕਿ ਇਲੈਕਸ਼ਨਾਂ ਪਾਰਟੀਆਂ ਉਹ ਚੀਜ਼ਾਂ ਬਾਅਦ 'ਚ ਸਾਡੀਆਂ, ਉੱਦਾਂ ਆਪਸ 'ਚ ਵਧੀਆ ਸਨੇਹ ਅਤੇ ਪਿਆਰ ਹੈ ਸਾਡਾ, ਵਧੀਆ ਸਾ ਵਧਾਈ ਦਿੰਦੇ ਹਾਂ ਉਹਨਾਂ ਨੂੰ ਇਸ ਚੀਜ਼ ਲਈ। ਅਤੇ ਅੱਜ ਬਾਈ ਹੋਣਾ ਨੇ ਬੁਲਾਇਆ ਸੀ, ਬਾਈ ਤੂੰ ਆਉਣਾ, ਅਤੇ ਫਿਰ ਮੈਂ ਦਸ ਮਿੰਟ ਹਾਜ਼ਰੀ ਲਵਾਉਣ ਜ਼ਰੂਰ ਆਇਆ ਵੀ ਚਲੋ ਗੱਲਬਾਤ ਵਧਾਈ ਦੇ ਕੇ ਆਈ। ਅਕਸਰ ਤੁਹਾਡੇ ਗਾਣਿਆਂ ਦੇ ਵਿੱਚ ਸਟਰਗਲ ਦੇਖਣ ਨੂੰ, ਤੁਹਾਡਾ ਸਟਰਗਲ ਦੇਖਣ ਨੂੰ ਮਿਲਦਾ ਹੈ। ਰਾਜਾ ਵੜਿੰਗਖਾਨਾ ਦੀ ਗੱਲ ਕੀਤੀ ਜਾਵੇ, ਜਦੋਂ ਯੂਥ ਦੇ ਪ੍ਰਧਾਨ ਸੀ, ਜਿਹੜੇ ਮੁੱਦਿਆਂ ਦੇ ਵਿਰੋਧ ਕਰਨਾ ਸੀਗਾ ਉਹਨਾਂ ਦੇ ਵੀ ਲਗਾਤਾਰ ਵਿਰੋਧ ਕਰਦੇ ਨਜ਼ਰ ਆਉਂਦੇ, ਸਟਰਗਲ ਕਰਦੇ ਨਜ਼ਰ ਆਉਂਦੇ ਸੀ, ਦੇਖਦੇ ਹੋ ਕਿਤੇ ਨਾ ਕਿਤੇ ਸਟਰਗਲ ਤੁਹਾਡੇ ਗਾਣਿਆਂ ਵਿੱਚ ਵੀ ਰਾਜਾ ਵੜਿੰਗਖਾਨਾ ਦੇਖ ਸਕਦੇ? ਨਹੀਂ, ਜ਼ਿੰਦਗੀ ਦਾ ਦੂਜਾ ਨਾਮ ਸਟਰਗਲ ਹੈ, ਹੈ ਨਾ, ਜਦੋਂ ਤੁਹਾਡਾ ਸੰਘਰਸ਼ ਮੁੱਕ ਗਿਆ ਉਹ ਤੁਹਾਡੀ ਜ਼ਿੰਦਗੀ ਮੁੱਕ ਗਈ, ਚੱਲਦਿਆਂ ਦਾ ਨਾਮ ਜ਼ਿੰਦਗੀ ਹੈ, ਅਤੇ ਇਹੋ ਜਿਹੀਆਂ ਹਰਡਲਸ ਕ੍ਰੋਸ ਕਰਕੇ ਹੀ ਬੰਦਾ ਯਾਨੀ ਕਿ ਕਿਸੇ ਮੁਕਾਮ ਵੱਲ ਵੱਧਦਾ, ਅਤੇ ਇਹ ਜ਼ਿੰਦਗੀ ਹੈ ਜੀ, ਇਹੀ ਚੱਲਦੀ ਹੈ, ਇਹ ਉਹ ਕਹਿੰਦੇ ਹੁੰਦੇ ਨਾ ਆਕਾ ਦਰੀਆ ਤੈਰ ਕੇ ਜਾਣਾ, ਡੁੱਬ ਕੇ ਜਾਣਾ ਹੈ, ਸੋ ਜ਼ਿੰਦਗੀ ਦਾ ਰੂਪ ਹੈ ਜੀ। ਸੋ ਕਾਂਗਰਸ ਪਾਰਟੀ ਤੁਸੀਂ ਇਸ ਨੂੰ ਹਿੱਸਾ ਰਹੇ ਹੋ, ਕਾਂਗਰਸ ਪਾਰਟੀ ਦੇ ਅਕਸਰ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਕਾਂਗਰਸ ਪਾਰਟੀ ਕਿਤੇ ਨਾ ਖੇਰੂ ਖੇਰੂ ਹੋ ਰੱਖੀ ਹੈ, ਲੱਗਦਾ ਕਿ ਹੁਣ ਰਾਜਾ ਵੜਿੰਗਖਾਨਾ ਦੇ ਹੱਥ ਜਦੋਂ ਕਮਾਨ ਆਈ ਹੈ, ਪਾਰਟੀ ਇਕੱਠੀ ਹੋ ਸਕਦੀ ਹੈ, ਲੀਡਰਸ਼ਿਪ ਇਕੱਠੀ ਕੀਤੀ ਜਾ ਸਕਦੀ ਹੈ? ਨਹੀਂ, ਇਸ ਤਾਂ ਇਹੀ ਮੈਂ ਯਾਨੀ ਕਿ ਬੈਸਟ ਵਿਸ਼ਸ ਤਾਂ ਹੀ ਕਹਿ ਰਿਹਾ ਵੀ ਇੱਕ ਵੱਡਾ ਟਾਸਕ ਹੈ, ਸੋ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਦੀ ਬੈਟਰਮੈਂਟ ਵਾਸਤੇ, ਪਾਰਟੀਆਂ ਕਾਹਦੇ ਵਾਸਤੇ ਬਣਦੀਆਂ, ਸਟੇਟ ਦੇ ਕੁਛ ਡਿਵੈਲਪਮੈਂਟਸ ਵਾਸਤੇ, ਬੈਟਰਮੈਂਟ ਵਾਸਤੇ ਬਣਦੀਆਂ, ਸੋ ਅਸੀਂ ਚਾਹੁੰਦੇ ਹਾਂ ਵੀ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਰ। ਸਾਡਾ ਸਿੱਧੂ